ਦੋਸਤੋ ਜੇ ਤੁਸੀਂ ਪੰਜਾਬ ਜੋਬ ਇਨਫੋਰਮੇਸ਼ਨ ਆਪਣੇ ਮੋਬਾਈਲ ਉੱਪਰ ਚਾਹੁੰਦੇ ਹੋ ਤਾਂ ਨੋਟੀਫਿਕੇਸ਼ਨ ਥਰੂ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਮੈਂ ਪੰਜਾਬ ਜੋਬ ਰਿਲੇਟਡ ਵੀਡੀਓ ਅਕਸਰ ਆਪਣੇ ਚੈਨਲ ਉੱਪਰ ਪਾਉਂਦਾ ਰਹਿੰਦਾ। ਦੋਸਤੋ ਜ਼ਿਆਦਾ ਟਾਈਮ ਵੇਸਟ ਨਾ ਕਰਦੇ, ਆਪਾਂ ਸਿੱਧਾ ਮੋਟਿਵ ਤੇ ਹੁੰਦੇ ਹਾਂ ਅਤੇ ਅੱਜ ਦੀ ਜੋਬ ਦੀ ਗੱਲ ਕਰਦੇ। ਦੋਸਤੋ ਅੱਜ ਦੀ ਜੋਬ ਜੋ ਮਾਨਸਾ ਜ਼ਿਲ੍ਹਾ ਪ੍ਰੀਸ਼ਦ ਵਿੱਚ ਆਈ ਰਿਕਰੂਟਮੈਂਟ ਹੈ। ਦੋਸਤੋ ਕਾਫੀ ਵਧੀਆ ਪੇ ਸਕੇਲ ਇਸ ਵਿੱਚ ਦਿੱਤੀ ਜਾ ਰਹੀ ਹੈ ਅਤੇ ਪੂਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਦੇਵਾਂਗਾ। ਅਤੇ ਸਭ ਤੋਂ ਪਹਿਲਾਂ ਆਪਾਂ ਇਸਦਾ ਜੋ ਨੋਟੀਫਿਕੇਸ਼ਨ ਹੈ ਉਹ ਆਪਾਂ ਚੈੱਕ ਕਰ ਲੈਂਦੇ ਹਾਂ। ਜਦੋਂ ਆਪਾਂ ਨੀਚੇ ਜਾਵਾਂਗੇ ਤਾਂ ਡਾਊਨਲੋਡ ਰਿਕਰੂਟਮੈਂਟ ਅੰਡਰ PSRLM, ਤਾਂ ਦੋਸਤੋ ਇਸ ਵਿੱਚ ਪਹਿਲੀ ਪੋਸਟ ਜੋ ਉਹ ਡਿਸਟ੍ਰਿਕਟ ਪ੍ਰੋਗਰਾਮ ਮੈਨੇਜਰ ਦੀ ਹੈ, ਉਸ ਤੋਂ ਬਾਅਦ ਜੋ ਹੈ ਬਲੋਕ ਪ੍ਰੋਗਰਾਮ ਮੈਨੇਜਰ ਦੀ ਹੈ, ਅਤੇ ਥਰਡ ਜੋ ਹੈ ਕੋਆਰਡੀਨੇਟਰ ਦੀ ਹੈ। ਦੋਸਤੋ ਇਸ ਵਿੱਚ ਮਿਨੀਮਮ ਗ੍ਰੈਜੂਏਸ਼ਨ ਅਤੇ ਇਸ ਵਿੱਚ 5 ਸਾਲਾਂ ਦਾ ਐਕਸਪੀਰੀਅੰਸ ਮੰਗਿਆ ਗਿਆ। ਇਸ ਵਿੱਚ ਸਿੰਪਲ ਗ੍ਰੈਜੂਏਸ਼ਨ ਮੰਗੀ ਗਈ ਹੈ 2 ਸਾਲਾਂ ਦਾ ਐਕਸਪੀਰੀਅੰਸ ਨਾਲ, ਅਤੇ ਇਸ ਵਿੱਚ ਗ੍ਰੈਜੂਏਸ਼ਨ ਮੰਗੀ ਗਈ ਹੈ ਅਤੇ ਕੰਪਿਊਟਰ ਪ੍ਰੋਫੈਂਸੀ ਟੈਸਟ ਦੀ ਥੋੜ੍ਹੀ ਨੌਲੇਜ ਹੋਣੀ ਚਾਹੀਦੀ ਹੈ। ਅਤੇ ਸਾਈਡ 'ਚ ਸੈਲਰੀ ਦਾ ਮੇਰਵਾ ਦਿੱਤਾ, ਬਾਕੀ ਤੁਸੀਂ ਇੱਕ ਵਾਰੀ ਡਾਊਨਲੋਡ ਹੋ ਕੇ ਖੁਦ ਰੀਡ ਕਰ ਲਓ ਚੰਗੀ ਤਰ੍ਹਾਂ, ਬਾਕੀ ਮੋਟੀ ਮੋਟੀ ਗੱਲਾਂ ਮੈਂ ਤੁਹਾਨੂੰ ਦੱਸ ਦੇਣਾ। ਅਤੇ ਜੇ ਤੁਸੀਂ ਇਸ ਨੂੰ ਅਪਲਾਈ ਕਰਨਾ ਚਾਹੁੰਦੇ ਹੋ ਦੋਸਤੋ ਤਾਂ ਇਹਨਾਂ ਦੀ ਵੈਬਸਾਈਟ ਉੱਪਰ ਜਾਣਾ ਪਵੇਗਾ, ਅਤੇ ਇਹ ਜੋ ਪਰਫੋਰਮਾ ਇਹਨਾਂ ਦਾ ਡਾਊਨਲੋਡ ਕਰਕੇ ਉਹ ਵੀ ਤੁਹਾਨੂੰ ਮੈਂ ਦੱਸ ਦਿੰਦਾ, ਪਰਫੋਰਮਾ ਕਿੱਥੋਂ ਡਾਊਨਲੋਡ ਕਰਨਾ ਅਤੇ ਕਿਵੇਂ ਫਿਲ ਕਰਨਾ। ਅਤੇ ਪਰਫੋਰਮਾ ਡਾਊਨਲੋਡ ਕਰਨ ਤੋਂ ਬਾਅਦ ਦੋਸਤੋ ਉਹਨਾਂ ਨੂੰ ਉਹਨੂੰ ਫਿਲ ਕਰਨਾ ਅਤੇ ਆਪਣੀ ਫੋਟੋ ਲਗਾਉਣੀ ਹੈ ਅਤੇ ਡਾਕੂਮੈਂਟ ਅਟੈਚ ਕਰਨੇ। 2/6/2020 5 ਵਜੇ ਤੋਂ ਪਹਿਲਾਂ ਇਹਨਾਂ ਦੇ ਦਿੱਤੇ ਪਤੇ ਉੱਪਰ ਆਪਾਂ ਨੂੰ ਸਪੀਡ ਪੋਸਟ ਰਾਹੀਂ ਆਪਾਂ ਨੂੰ ਸੈਂਡ ਕਰ ਦੇਣਾ ਹੈ ਨਾਲ DD ਲਗਾ ਕੇ। ਓਕੇ ਦੋਸਤੋ, ਅਤੇ ਤੁਹਾਨੂੰ ਪਰਫੋਰਮਾ ਦੱਸ ਦੇਣਾ ਮੈਂ ਕਿੱਥੋਂ ਡਾਊਨਲੋਡ ਕਰਨਾ। ਜਦੋਂ ਆਪਾਂ ਇਸ ਦੇ ਨੀਚੇ ਵਾਲੇ ਲਿੰਕ 'ਤੇ ਆਪਾਂ ਕਲਿੱਕ ਕਰਾਂਗੇ ਡਾਊਨਲੋਡ ਪਰਫੋਰਮਾ 'ਤੇ, ਤਾਂ ਇਸ ਤਰ੍ਹਾਂ ਦਾ ਜੋ ਫੋਰਮ ਆਪਣੇ ਸਾਹਮਣੇ ਓਪਨ ਹੋ ਜਾਂਦਾ ਅਤੇ ਇਸ ਨੂੰ ਫਿਲ ਕਰਨਾ ਸਿੰਪਲ ਡਿਟੇਲ ਆਪਾਂ ਨੂੰ ਫਿਲ ਕਰਨੀ ਹੈ। ਦੋਸਤੋ ਜੇ ਫਿਰ ਵੀ ਤੁਹਾਨੂੰ ਕੋਈ ਦਿੱਕਤ ਹੁੰਦੀ ਹੈ ਇਹਨੂੰ ਭਰਨ ਵਿੱਚ ਤਾਂ ਵੀਡੀਓ ਵਿੱਚ ਕਮੈਂਟ ਕਰੋ, ਮੈਂ ਤੁਹਾਡੀ ਹੈਲਪ ਜ਼ਰੂਰ ਕਰ ਦਾਂਗਾ। ਓਕੇ ਦੋਸਤੋ।